ਪੰਜਾਬ 'ਚ 13-0 ਹੋਏਗਾ, 13 ਹੱਥ ਆਮ ਆਦਮੀ ਪਾਰਟੀ ਦੇ ਲੋਕ ਸਭਾ ਦੀਆਂ ਪੌੜੀਆਂ ਚੜ੍ਹਨਗੇ, ਪਰ ਸਿਰਫ 3 ਹੀ ਜਿਹੜੇ ਨੇ ਉਹ ਪੌੜੀਆਂ ਚੜ੍ਹ ਪਾਏ। ਇਸ ਪੂਰੇ ਸਮੀਖਿਆ ਨੂੰ ਕਿੱਦਾਂ ਦੇਖੀਏ, ਖਾਸ ਕਰ ਪੰਜਾਬ ਦੀ ਨੂੰ, ਜਿਸ ਪਾਰਟੀ ਨੂੰ ਹਰਾ ਕੇ ਸ਼ਾਇਦ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਸੀਗੀ, ਕਾਂਗਰਸ ਨੂੰ ਹਰਾ ਕੇ ਫਿਰ 7 ਸੀਟਾਂ ਕਾਂਗਰਸ ਹੀ ਲੈ ਗਈ। ਲਾਸਟ ਦਿਨਾਂ ਦੇ ਵਿੱਚ ਸ਼ਾਇਦ ਜਿਹੜੀ ਵੱਡਾ ਫੈਕਟਰ ਪੈਸੇ ਦਾ ਵੀ ਮੰਨਿਆ ਜਾਂਦਾ, ਸਾਡੇ ਕੋਲ ਕੋਈ ਇਹੋ ਜਿਹੀ ਸਬਸਿਡੀਆਂ, ਸਾਡੇ ਕੋਲ ਬਜਟ ਨਹੀਂ ਹੈ। ਕੋਸ਼ਿਸ਼ ਕਰਦੇ ਹਾਂ ਕੋਈ ਨਾ ਕੋਈ, ਜੇ ਸੈਂਟਰ ਗੌਰਮੈਂਟ ਸਾਨੂੰ ਦੇਵੇ ਨਾਲ, ਅਸੀਂ ਵਿੱਚ ਕੁਛ ਹਿੱਸਾ ਪਾ ਕੇ ਪੰਜਾਬ ਜ਼ਰੂਰ ਕਰਾਂਗੇ। ਗੱਲ ਕਰੀਏ ਲੋਕ ਸਭਾ ਚੋਣਾਂ ਦੀਆਂ, ਤਾਂ ਲੋਕ ਸਭਾ ਚੋਣਾਂ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦਾ ਦਾਅਵਾ ਸੀਗਾ 13-0 ਦਾ, ਪਰ ਉੱਥੇ ਦੂਜੇ ਪਾਸੇ ਪੰਜਾਬ ਦੇ ਵਿੱਚ 3 ਹੀ ਸੀਟਾਂ ਸਾਹਮਣੇ ਆਈਆਂ। ਕਾਰਨ ਕੀ ਬਣਿਆ, ਇਸ ਦਾ ਮੰਥਨ ਵੀ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਔਰ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਦੇ ਉੱਤੇ ਹੁਣ ਕੰਮ ਕਿਸ ਤਰੀਕੇ ਹੋਏਗਾ, ਪੰਜਾਬ ਦੇ ਲੋਕਾਂ ਨੂੰ ਕਿਸ ਤਰੀਕੇ ਅੱਗੇ ਆਉਣ ਵਾਲੇ ਸਮੇਂ 'ਚ ਭਰੋਸਾ ਦਵਾਇਆ ਜਾਏਗਾ, ਕਿਉਂਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ 22 ਇਲੈਕਸ਼ਨਸ ਵੀ ਹੋਣੀਆਂ ਨੇ, ਔਰ ਉਸ ਤੋਂ ਬਾਅਦ ਪੰਚਾਇਤੀ ਚੋਣਾਂ ਵੀ ਹੋਣੀਆਂ ਨੇ, ਔਰ ਫਿਰ 2027 ਦੀ ਵੀ ਸ਼ਾਇਦ ਤਿਆਰੀ ਜਿਹੜੀ ਇੱਥੇ ਕੀਤੀ ਜਾਣੀ ਹੈ। ਕਿਸ ਤਰੀਕੇ ਦੇ ਨਾਲ ਇਹ ਸਭ ਚੀਜ਼ਾਂ ਹੋਣਗੀਆਂ, ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਆ ਅੱਗੇ ਆਗਾਮੀ ਚੋਣਾਂ ਨੂੰ ਦੇਖ ਰਹੀ ਹੈ, ਇਸ ਬਾਬਤ ਸਾਡੇ ਨਾਲ ਗੱਲ ਕਰਨੀ ਪੰਜਾਬ ਦੇ ਖੇਤੀਬਾੜੀ ਮੰਤਰੀ ਔਰ ਬਠਿੰਡਾ ਤੋਂ ਲੋਕ ਸਭਾ ਦੇ ਉਮੀਦਵਾਰ ਰਹੇ ਗੁਰਮੀਤ ਸਿੰਘ ਖੁੜੀਆ ਸਾਡੇ ਨਾਲ ਮੌਜੂਦ ਨੇ। ਖੁੜੀਆ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਔਰ ਸਭ ਤੋਂ ਵੱਡਾ ਸਵਾਲ, ਜਿੱਥੇ ਇੱਕ ਪਾਸੇ ਦਾਅਵਾ ਸੀਗਾ, ਇੱਕ ਵੱਡਾ ਦਾਅਵਾ ਸੀਗਾ, ਤੁਹਾਡੇ 'ਤੇ ਭਰੋਸਾ ਸੀਗਾ ਕਿ ਬਠਿੰਡਾ ਦੀ ਸੀਟ ਆਏਗੀ, ਪੰਜਾਬ 'ਚ 13-0 ਹੋਏਗਾ, 13 ਹੱਥ ਆਮ ਆਦਮੀ ਪਾਰਟੀ ਦੇ ਲੋਕ ਸਭਾ ਦੀਆਂ ਪੌੜੀਆਂ ਚੜ੍ਹਨਗੇ, ਪਰ ਸਿਰਫ 3 ਹੀ ਜਿਹੜੇ ਨੇ ਉਹ ਪੌੜੀਆਂ ਚੜ੍ਹ ਪਾਏ। ਇਸ ਪੂਰੇ ਸਮੀਖਿਆ ਨੂੰ ਕਿੱਦਾਂ ਦੇਖੀਏ, ਖਾਸ ਕਰ ਪੰਜਾਬ ਦੀ ਨੂੰ, ਕਿਉਂਕਿ ਜਿਸ ਪਾਰਟੀ ਨੂੰ ਹਰਾ ਕੇ ਸ਼ਾਇਦ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਸੀਗੀ, ਕਾਂਗਰਸ ਨੂੰ ਹਰਾ ਕੇ ਫਿਰ 7 ਸੀਟਾਂ ਕਾਂਗਰਸ ਹੀ ਲੈ ਗਈ। ਇਹ ਲੋਕਾਂ ਦਾ ਫੈਸਲਾ ਹੋਇਆ ਕਰਦਾ ਹੈ, ਹੋ ਸਕਦਾ ਵਿਧਾਨ ਸਭਾ ਲਈ ਸਾਨੂੰ ਉਹਨਾਂ ਨੇ ਚੰਗਾ ਸਮਝਿਆ ਹੋਵੇ ਅਤੇ ਲੋਕ ਸਭਾ ਲਈ ਕੋਈ ਹੋਰ ਪਾਰਟੀਆਂ ਦਾ ਵੀ ਹੋ ਸਕਦਾ। ਜਿੱਥੋਂ ਤੱਕ ਪਾਰਟੀ ਦਾ ਦਾਅਵਾ, ਕਿਉਂਕਿ ਕੋਈ ਵੀ ਪਾਰਟੀ ਬੜੀ ਵੱਡੀ ਉਮੀਦ ਨਾਲ ਲੜਦੀ ਹੈ, ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਵੀ ਇਸ ਲਈ, ਕਿਉਂਕਿ ਜਿਹੜੇ ਪੰਜਾਬ ਦੇ ਲੋਕਾਂ ਲਈ ਕੰਮਕਾਰ ਵਧੀਆ ਢੰਗ ਨਾਲ ਕਰਨ ਦੇ ਯਤਨ ਕੀਤੇ ਆ, ਨੌਕਰੀਆਂ ਤੋਂ ਲੈ ਕੇ ਨਹਿਰਾਂ ਦੇ ਪਾਣੀ ਤੱਕ ਦੀ ਗੱਲ, ਬਿਜਲੀ ਸਪਲਾਈ ਦੀ ਗੱਲ, ਔਰ ਇਸ ਤੋਂ ਇਲਾਵਾ 600 ਯੂਨਿਟ ਵੀ ਦਿੱਤੇ ਗਏ ਸਨ। ਕੁਛ ਗੱਲਾਂ ਸਾਡੇ ਕੋਲ ਰਹਿ ਗਈਆਂ ਸਨ, ਉਹਦਾ ਹੋ ਸਕਦਾ ਲੋਕਾਂ ਦੇ ਮਨਾਂ ਵਿੱਚ ਰੋਸ ਵੀ ਹੋ ਸਕਦਾ, ਪਰ ਜੇ ਮੈਂ ਉਹ ਰੋਸ ਕਹਾਂ ਤਾਂ ਸੰਗਰੂਰ ਵਾਲੇ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਹੀ ਹੈ ਜੀ। ਕਈ ਵਾਰੀ ਕਿਤੇ ਨਾ ਕਿਤੇ ਕਈ ਫੈਕਟਰ ਚੱਲ ਜਾਂਦੇ ਨੇ, ਸੋ ਬਠਿੰਡਾ ਦਾ ਸਾਡੀ ਜਿਹੜੇ ਵਰਕਰਸ ਨੇ, ਸਾਡੇ MLAs ਨੇ, ਸਾਡੇ ਜਿਹੜੇ ਮਿੱਤਰ ਪਿਆਰੇ ਹਮਦਰਦ, ਉਹਨਾਂ ਨੇ ਬਹੁਤ ਦਿਨ ਰਾਤ ਜ਼ੋਰ ਲਾ ਕੇ ਕੰਮ ਕੀਤਾ ਜੀ। ਲੋਕਾਂ ਨੇ ਹੁੰਗਾਰਾ ਵੀ ਬਹੁਤ ਵਧੀਆ ਦਿੱਤਾ, ਇਹਦੇ 'ਚ ਕੋਈ ਸ਼ੱਕ ਨਹੀਂ ਗੇ। ਜਦੋਂ ਅਸੀਂ ਕਿਤੇ ਵੀ ਜਾਂਦੇ ਸੀ, ਜਨ ਸਭਾਵਾਂ ਕਰਦੇ ਸਾਂ ਪਿੰਡਾਂ 'ਚ, 300-400 ਲੋਕਾਂ ਦੇ ਚੰਗੇ ਵਧੀਆ ਇਕੱਠ ਹੁੰਦੇ ਸੀ। ਜਿਹੜੇ ਲਾਸਟ ਦਿਨਾਂ ਦੇ ਵਿੱਚ ਸ਼ਾਇਦ ਜਿਹੜੀ ਵੱਡਾ ਫੈਕਟਰ ਪੈਸੇ ਦਾ ਵੀ ਮੰਨਿਆ ਜਾਂਦਾ ਵੀ ਉਹ, ਅਤੇ ਫਿਰ ਜੇਕਰ ਫੂਡ ਪ੍ਰੋਸੈਸਿੰਗ ਦੇ ਮਹਿਕਮੇ ਦੀ ਗੱਲ ਕੀਤੀ ਜਾਂਦੀ, ਕਿ ਉਹੀ ਫੂਡ ਪ੍ਰੋਸੈਸਿੰਗ ਦਾ ਜਿਹੜਾ ਸਟੇਟ ਦਾ ਹੁਣ ਮਿਨਿਸਟਰੀ ਜਿਹੜੀ ਹੈ, ਸਾਡੇ ਕੋਲ ਕੋਈ ਇਹੋ ਜਿਹੀ ਸਬਸਿਡੀਆਂ ਨਹੀਂ, ਸਾਡੇ ਕੋਲ ਬਜਟ ਨਹੀਂ ਗਾ, ਸਾਡੇ ਕੋਲ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕੋਈ ਨਾ ਕੋਈ, ਜੇ ਸੈਂਟਰ ਗੌਰਮੈਂਟ ਸਾਨੂੰ ਦੇਵੇ ਨਾਲ, ਅਸੀਂ ਵਿੱਚ ਕੁਛ ਹਿੱਸਾ ਪਾ ਕੇ ਪੰਜਾਬ ਜ਼ਰੂਰ ਕਰਾਂਗੇ। ਠੀਕ ਹੈ, ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜੋ ਨਤੀਜੇ ਸਾਹਮਣੇ ਆਏ, ਭਾਜਪਾ ਨੂੰ ਪੂਰਨ ਤੌਰ ਦੇ ਉੱਤੇ ਜਿਹੜਾ ਹੈ ਪੰਜਾਬ 'ਚੋਂ ਨਕਾਰ ਦਿੱਤਾ ਗਿਆ, ਭਾਜਪਾ ਦਾ ਇੱਕ ਵੀ ਉਮੀਦਵਾਰ ਜਿਹੜਾ ਹੈ ਉਹ
ਕਹਿ ਲਈਏ ਕਿ ਇੱਕ ਵੀ ਸੀਟ ਜਿਹੜਾ ਨਹੀਂ ਕੱਢ ਪਾਇਆ, ਜਿੱਥੇ ਵੀ ਜਿੱਥੇ ਇੱਕ ਸੀਟ ਦਾ ਉਮੀਦ ਲੱਗ ਵੀ ਰਹੀ ਸੀ ਉੱਥੇ ਬਹੁਤ ਛੋਟੇ ਮਾਰਜਨ 'ਤੇ ਕਾਂਗਰਸ ਦੇ ਉਮੀਦਵਾਰ ਜਿੱਤ ਗਏ। ਇਸ ਜੋ ਪੰਜਾਬ ਦੇ ਜੋ ਪੰਜਾਬ ਦਾ ਰਵੱਈਆ ਭਾਜਪਾ ਪ੍ਰਤੀ ਰਿਹਾ, ਇਸ ਰਵੱਈਏ ਨੂੰ ਕਿੱਦਾਂ ਦੇਖੀਏ? ਦੇਖੋ ਜੀ, ਭਾਜਪਾ ਜਦੋਂ ਕਿਸਾਨੀ ਮੂਵਮੈਂਟ ਚੱਲੀ ਹੈ ਜੀ, ਉਸ ਵੇਲੇ ਭਾਜਪਾ ਦਾ ਵਤੀਰਾ ਜਿਹੜਾ ਜਿਹਦੇ 'ਚ ਚਾਹੇ ਤਾਂ ਕਿਸਾਨ ਪ੍ਰਤੀ ਸੀ, ਪਰ ਇਹਨੂੰ ਕਹਿ ਲਈਏ ਪੰਜਾਬ ਪ੍ਰਤੀ ਚੰਗਾ ਨਹੀਂ ਕਹਿਣਾ ਸੀ, ਪੰਜਾਬ ਦੇ ਲੋਕ ਇਸ ਗੱਲ ਨੂੰ ਚੰਗਾ ਨਹੀਂ ਸਮਝਦੇ ਸੀ, ਨਫ਼ਰਤ ਜੀ ਪੈਦਾ ਹੋ ਗਈ। ਉਸ ਲਈ ਭਾਜਪਾ ਦਾ ਤਾਂ ਐਵੇਂ ਉਹ ਕਹਿ ਸਪਣਾ ਕੁਛ ਜਾਂਦੇ, ਉਹਨਾਂ ਵਾਸਤੇ ਕਿਸੇ ਵੀ ਪੌੜੀ ਚੜ੍ਹਨਾ ਔਖਾ ਸੀ। ਜਿੱਥੋਂ ਤੱਕ ਗੱਲ ਆਮ ਆਦਮੀ ਪਾਰਟੀ ਦੀ ਅਤੇ ਕਾਂਗਰਸ ਦੀ ਰਹੀ, 30% ਕੁਛ 26 ਸ਼ਾਇਦ ਉਹ ਲੈ ਕੇ ਗਿਆ, ਅਸੀਂ ਬਰਾਬਰ ਹੀ ਹੈ, ਕੋਈ ਇਹੋ ਜਿਹੀ ਨਹੀਂ। ਜੇ ਸਾਡੇ 3-0 ਦਾ ਫਰਕ ਹੈ, ਸਾਡੇ ਜਿਹੜੇ ਕੈਂਡੀਡੇਟਸ ਹਨ ਉਹ ਬਹੁਤ ਵਧੀਆ ਵੋਟਾਂ ਲੈ ਕੇ ਗਏ, ਅਤੇ ਤਾਂ ਹੀ ਹੈ ਕਿਉਂਕਿ ਜੋ 3-4 ਧਿਰੀ ਕਈ ਵਾਰੀ ਲੜਾਈ ਹੋ ਜਾਂਦੀ ਹੈ, ਜਿਵੇਂ ਕਿ ਫਿਰੋਜ਼ਪੁਰ 'ਤੇ ਜਮ੍ਹਾਂ ਨੇੜੇ ਆ ਕੇ ਗੱਲ, ਉਹ 3-4 ਮੇਰੇ ਵਾਲੇ ਥਾਂ 3-4 ਧਿਰੀ ਬਣੀ ਨਾ, ਜੇ ਇੱਥੇ ਬਣਦੀ ਤਾਂ ਹੋ ਸਕਦਾ ਸਾਡਾ ਵੀ ਇਹ ਗੱਲ ਜਿੱਥੇ ਭਾਜਪਾ 'ਤੇ ਸੀਗੀ ਲੋਕਾਂ ਨੂੰ ਵੀ ਸ਼ਾਇਦ 2.5 ਲੱਖ ਤੋਂ ਵੱਧ ਵੋਟ ਲੈ ਜੂਗੀ, ਉਹ ਨਹੀਂ ਲੈ ਕੇ ਜਾ ਸੀ। ਲੱਖਾ ਸਧਾਣਾ ਆ ਗਏ, ਉਹ ਵੀ ਮੇਰੇ ਵਾਸਤੇ ਥੋੜ੍ਹਾ, ਕਿਉਂਕਿ ਜਿਹੜੀ ਯੰਗ ਜਨਰੇਸ਼ਨ ਸੀਗੀ ਉਹ ਮੇਰੇ 'ਤੇ ਜ਼ਰੂਰ ਥੋੜ੍ਹਾ ਰੱਖਦੀ ਸੀ, ਫਿਰ ਉਸ ਵੇਲੇ ਉਹਨਾਂ ਨਾਲ ਵੀ ਜੁੜ ਗਈ ਹੈ, ਮੈਂ ਮਹਿਸੂਸ ਕਰਦਾ ਇਹਦੇ 'ਚ ਕੋਈ, ਕਿਉਂਕਿ ਜਿਹੜੀ ਗੱਲ ਹੋਵੇ ਮੰਨਣ ਤੋਂ ਮੈਂ ਕਦੇ ਵੀ ਇਨਕਾਰ ਹੀ ਨਹੀਂ ਹੁੰਦਾ। ਇੱਕ ਕੁੜੀਆ ਸਾਹਿਬ, ਇੱਥੇ ਇੱਕ ਸਵਾਲ ਬਹੁਤ ਵੱਡਾ, ਕਿਉਂਕਿ ਕੇਂਦਰ ਨਾਲ ਸਿੱਧੇ ਤੌਰ ਦੇ ਉੱਤੇ ਪੰਜਾਬ ਸਰਕਾਰ ਦਾ ਲੰਬੇ ਸਮੇਂ ਤੋਂ ਜਿਹੜਾ ਫੰਡਸ ਨੂੰ ਲੈ ਕੇ ਵੀ ਰੇੜਕਾ ਚੱਲ ਰਿਹਾ ਕਿ NHM ਦੇ ਫੰਡਸ ਨਹੀਂ ਆਏ ਸੀਗੇ, RDF ਦਾ ਫੰਡ ਹਾਲੇ ਤੱਕ ਨਹੀਂ ਆਇਆ, ਉਸ ਨੂੰ ਲੈ ਕੇ ਵੀ ਲਗਾਤਾਰ ਰੇੜਕਾ ਕੇਂਦਰ ਦਾ ਜਾਂ ਪੰਜਾਬ ਸਰਕਾਰ ਦਾ ਲਗਾਤਾਰ ਚੱਲਦਾ ਰਿਹਾ, ਹੁਣ ਫਿਰ ਕੇਂਦਰ ਦੇ ਵਿੱਚ ਲਗਭਗ ਉਹੀ ਸਰਕਾਰ ਹੈਗੀ ਹੈ। ਪਰ ਇੱਥੇ ਇੱਕ ਸਵਾਲ ਸਭ ਤੋਂ ਵੱਡਾ ਇਹ ਚੀਜ਼ ਆ, ਕਿਉਂਕਿ ਪਹਿਲੇ ਭਾਜਪਾ ਆਪਾਂ NDA ਦੇ ਉੱਤੇ ਹੀ ਗੱਲ ਕਰਦੇ ਹਾਂ, ਜਾਂ ਫਿਰ ਹੁਣ ਜਿਹੜੀ ਸਰਕਾਰ ਬਣੀ ਹੈ ਇਸ ਦੇ ਵਿੱਚ ਰਵਨੀਤ ਬਿੱਟੂ ਨੂੰ ਜਿਹੜਾ ਜਿਸ ਤਰੀਕੇ ਨਾਲ ਮੰਤਰੀ ਬਣਾਇਆ ਗਿਆ, ਉਸ ਨੂੰ ਕਿੱਦਾਂ ਦੇਖਿਆ ਜਾਵੇ? ਕਿਉਂਕਿ ਰਵਨੀਤ ਬਿੱਟੂ ਨੂੰ ਪੰਜਾਬ ਦੇ ਲੋਕਾਂ ਨੇ ਲੁਧਿਆਣੇ ਤੋਂ ਨਕਾਰ ਦਿੱਤਾ ਸੀਗਾ। ਦੇਖੋ, ਉਹ ਤਾਂ ਪੰਜਾਬ ਦੇ ਲੋਕਾਂ ਦੀ ਗੱਲ ਹੈ ਅਤੇ ਗਾਂ ਉਹਨਾਂ ਦੀ ਬਣਾਉਣ ਵਾਲਿਆਂ ਦੀ ਗੱਲ, ਪਰ ਜੇ ਜਿਹੜਾ ਵੀ ਬੰਦਾ ਬਣਿਆ ਜੇ ਉਹ ਪੰਜਾਬ ਦਾ ਅਤੇ ਪੰਜਾਬ ਬਾਰੇ ਉਹਨੂੰ ਸੋਚਣਾ ਚਾਹੀਦਾ, ਮੈਂ ਤਾਂ ਇਹਦੇ ਹੱਕ ਵਿੱਚ ਹਾਂ। ਜੇ ਅੱਜ ਰਵਨੀਤ ਬਿੱਟੂ ਜੀ ਬਣੇ ਆ ਤਾਂ ਉਹਨਾਂ ਨੂੰ ਪੰਜਾਬ ਦੇ ਆ, ਪੰਜਾਬ ਤੋਂ ਜੰਮੇ ਆ, ਪੰਜਾਬ ਦਾ ਹੀ ਖਾਂਦੇ ਪੀਂਦੇ ਆ, ਪੰਜਾਬ ਦੀ ਗੱਲ ਅਤੇ ਪੰਜਾਬ ਦੇ ਲੋਕਾਂ ਦੇ ਹੱਕ ਦੀ ਗੱਲ ਕਰਨੀ ਚਾਹੀਦੀ। ਪਰ ਲੱਗਦਾ ਨਹੀਂ ਕਿ ਜਿਸ ਤਰੀਕੇ ਦੇ ਨਾਲ ਜੇ ਇੱਕ ਪਾਸੇ ਲੋਕਾਂ ਨੇ ਨਕਾਰ ਦਿੱਤਾ ਅਤੇ ਸਰਕਾਰ ਨੇ ਫਿਰ ਵੀ ਉਹਨਾਂ ਨੂੰ ਇੱਕ ਐਸਾ ਪਦਵੀ ਦੇ ਦਿੱਤੀ? ਅਤੇ ਵੇਖੋ, ਇਹ ਕਈ ਵਾਰੀ ਹੁੰਦਾ, ਕਈ ਪਾਰਟੀਆਂ ਉਸ ਵੇਲੇ, ਇੱਕ ਵਾਰੀ ਸਰਦਾਰ ਸੁਖਬੀਰ ਸਿੰਘ ਬਾਦਲ ਹਾਰ ਗਏ ਸਨ ਲੋਕ ਸਭਾ, ਅਤੇ ਫਿਰ ਉਹਨਾਂ ਨੂੰ ਉੱਥੇ ਰਾਜ ਸਭਾ ਵਿੱਚ ਲਿਜਾ ਕੇ ਮਿਨਿਸਟਰ ਬਣਾਇਆ ਗਿਆ ਸੀ ਵਾਜਪਾਈ ਸਰਕਾਰ। ਕਈ ਵਾਰੀ ਪਾਰਟੀਆਂ ਇਸ ਤਰ੍ਹਾਂ ਕਰ ਲੈਂਦੀਆਂ ਹੈਗੀਆਂ, ਉਹਦੇ 'ਚ ਮੈਂ ਨਹੀਂ ਬਾਹਲਾ ਕਿੰਤੂ ਪਰੰਤੂ ਕਰਨਾ ਚਾਹੁੰਦਾ। ਜੇ ਕੋਈ ਬੰਦਾ ਕਿਤੇ ਬਣਿਆ ਤਾਂ ਉਹ ਆਪਦੇ ਲੋਕਾਂ ਦੀ ਵੱਲ ਖਿਆਲ ਜ਼ਰੂਰ ਰੱਖੇ, ਮੇਰੀ ਤਾਂ ਇਹੀ ਮਤਲਬ ਆਪਦੀ ਮਨਸ਼ਾ ਹੁੰਦੀ ਹੈ ਜਿਹੜੀ। ਪੰਜਾਬ ਜਦੋਂ ਚੋਣਾਂ ਪੂਰੇ ਭਾਰਤ 'ਚ ਖਤਮ ਹੋਈਆਂ, ਨਤੀਜੇ ਸਾਹਮਣੇ ਆ ਗਏ, MPs ਬਣ ਗਏ, ਅਤੇ ਉਸ ਤੋਂ ਬਾਅਦ ਹੀ ਇੱਕ ਮਾਮਲਾ ਜਿਹੜਾ ਖਾਸ ਕਰਕੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮਾਮਲਾ ਸਾਹਮਣੇ ਆਇਆ, ਏਅਰਪੋਰਟ ਦੇ ਉੱਤੇ ਕੰਗਨਾ ਰਣੌਤ ਦੇ ਉੱਤੇ ਜਿਹੜਾ ਹੈ CAS ਦੀ ਜਿਹੜੀ ਕੁਲਵਿੰਦਰ ਕੌਰ ਆ ਉਸਨੇ ਥੱਪੜ ਮਾਰ ਦਿੱਤਾ, ਜਿਸ ਤੋਂ ਬਾਅਦ ਲਗਾਤਾਰ ਜੋ ਬਿਆਨ ਕੰਗਨਾ ਰਣੌਤ ਦੇ ਸਾਹਮਣੇ ਆਏ, ਕਹਿ ਰਹੇ ਕਿ ਪੰਜਾਬ ਦੇ ਵਿੱਚ ਉਗਰਵਾਦ ਵੱਧ ਰਿਹਾ ਹੈ, ਉਸਦੇ ਉੱਤੇ ਇਹੋ ਜਿਹੇ ਬਿਆਨ ਸਾਹਮਣੇ ਆਉਣਾ ਜਾਂ ਫਿਰ ਉਹਨਾਂ ਦੇ ਹੋਰ ਜਿਹੜੇ ਸਮਰਥਕ ਨੇ ਇਹੋ ਜਿਹੇ ਬਿਆਨ ਸਾਹਮਣੇ ਆਉਣਾ, ਕਿਸ ਤਰੀਕੇ ਉਸ ਪੂਰੀ ਘਟਨਾ ਨੂੰ ਵੇਖਿਆ ਜਾਵੇ? ਕਿਉਂਕਿ ਹਾਲਾਂਕਿ ਇਸ ਚੀਜ਼ ਦੇ ਉੱਤੇ ਜੇਕਰ ਕੁਲਵਿੰਦਰ ਕੌਰ ਦੀ ਗੱਲ ਕੀਤੀ ਜਾਵੇ, ਉਹਨਾਂ ਦੇ ਬ੍ਰਦਰ ਉਹਨੂੰ ਮਿਲ ਕੇ ਆਏ, ਕਹਿੰਦੇ ਕਿ ਉਹਨਾਂ ਨੂੰ ਕੋਈ ਅਫਸੋਸ ਨਹੀਂ ਹੈ। ਜਿਹੜੀ ਕੰਗਨਾ ਰਣੌਤ ਹੋਰਾਂ ਦਾ ਨਾ ਜੀ, ਉਹ ਐਕਟਰ ਸਨ ਜੀ, ਉਹਦੇ 'ਚ
ਜਿਹੜੀ ਲਿਖੀ ਹੋਈ ਸਕ੍ਰਿਪਟ 'ਤੇ ਉਹਨਾਂ ਨੇ ਕੰਮ ਕਰਨਾ ਹੁੰਦਾ ਉਸ ਤਰ੍ਹਾਂ ਸੀ, ਉਹ ਪਾਰਲੀਮੈਂਟ ਦੇ ਮੈਂਬਰ ਬਣ ਗਏ, ਉਹਨਾਂ ਨੂੰ ਐਂ ਨਹੀਂ ਪਤਾ ਲੱਗ ਸਕਿਆ ਵੀ ਮੈਂਬਰ ਪਾਰਲੀਮੈਂਟ ਬਣ ਗਏ ਆ। ਜਦੋਂ ਅਸੀਂ ਕਿਸੇ ਰੁਤਬੇ 'ਤੇ ਪਹੁੰਚ ਜਾਂਦੇ ਨਾ, ਸਾਨੂੰ ਥੋੜ੍ਹੀ ਗੱਲ ਆਪਦੇ ਰੁਤਬੇ ਮੁਤਾਬਕ ਰੱਖਣੀ ਚਾਹੀਦੀ ਆ। ਉਸ 'ਤੇ ਉਹ ਮੈਨੂੰ ਲੱਗਦਾ ਭੜਕ ਗਏ ਕੋਈ ਇਹਦੇ 'ਚ। ਮੈਂ ਇਹੋ ਜਿਹੀਆਂ ਗੱਲਾਂ ਨੂੰ ਕੋਈ ਬਹੁਤੀ ਅਹਿਮੀਅਤ ਨਹੀਂ ਦੇਣਾ ਚਾਹੁੰਦਾ ਵੀ ਇਹ ਕਿਉਂ ਹੋ ਗਿਆ, ਜਿਹੜਾ ਐਪੀਸੋਡ ਹੋ ਗਿਆ ਕੋਈ ਚੰਗਾ ਨਹੀਂ ਇਹ ਸਾਡੇ ਸਾਰੇ ਲੋਕਾਂ ਲਈ ਕਿਤੇ ਵੀ ਹੈ, ਕਿਉਂਕਿ ਪਹਿਲ ਆ ਜਿਹੜੀ ਉਹ ਜਿਹੜੇ ਉਸ ਜਿਹੜੀ ਜਿਹਨੂੰ ਸਮਝਣਾ ਸੀ ਮੈਂ ਮੈਂਬਰ ਪਾਰਲੀਮੈਂਟ ਆ ਉਹਨੂੰ ਸਮਝਣਾ ਚਾਹੀਦਾ, ਉੱਥੇ ਕਿਤੇ ਹੋ ਗਈ ਆ ਉਹਦੇ 'ਤੇ। ਮੈਨੂੰ ਨਹੀਂ ਪਤਾ ਵੀ ਹੁਣ ਬੀਬੀ ਕੁਲਵਿੰਦਰ ਕੌਰ ਹੋ ਰਹੀ ਜਾਂ ਉਹਨਾਂ ਦੇ ਬ੍ਰਦਰ ਕੀ ਉਹ ਉਹਨਾਂ ਦੀ ਆਪਣੀ ਗੱਲ ਹੁੰਦੀ ਆ ਉਸ 'ਤੇ ਕਿਸ ਤਰ੍ਹਾਂ ਦਾ, ਪਰ ਜਿਹੜੀਆਂ ਮੈਂ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਉਹ ਸਾਡੇ ਲਈ ਸਾਰਿਆਂ ਲਈ ਇੱਕ ਨਫ਼ਰਤ ਜਿਹੀ ਵਾਂਗ ਬਣ ਜਾਂਦੀਆਂ, ਕੋਈ ਚੰਗੀਆਂ ਨਹੀਂ ਹੁੰਦੀਆਂ ਸਾਡੀ ਸਾਰੀ ਸੁਸਾਇਟੀ ਲਈ, ਧਰਮਾਂ ਤੋਂ ਉੱਪਰ ਉੱਠ ਕੇ ਸੂਬਿਆਂ ਤੋਂ ਉੱਪਰ ਉੱਠ ਕੇ ਇੱਕ ਦੇਸ਼ ਲਈ ਗੱਲ ਜਿਹੜਾ ਮੈਂ ਆ ਨਾ, ਕਿਉਂਕਿ ਜਿਹੜਾ ਜਿੱਥੇ ਤੁਹਾਡਾ ਰੁਤਬਾ ਹੈ ਤੁਸੀਂ ਉਹਨੂੰ ਬਣਾ ਕੇ ਰੱਖਣ ਦੇ ਲਈ ਉਨਾ ਕੁ ਆਪਦੇ ਵੱਲੋਂ ਯੋਗਦਾਨ ਪਾਉਣਾ। ਜੇ ਮੈਂ ਬਹੁਤਾ ਵੱਡਾ ਵੀ ਬਣ ਜਾਵਾਂ ਤਾਂ ਮੈਨੂੰ ਨੀਵਾਂ ਹੋਣਾ ਵੀ ਆਉਣਾ ਚਾਹੀਦਾ, ਬਸ ਮੈਂ ਤਾਂ ਇਸ ਧਾਰਨਾ ਦਾ ਹਾਂ। ਖੁੜੇ ਸਾਹਿਬ, ਬੀਤੇ ਦਿਨ ਤੁਹਾਡੀ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਵੀ ਮੁਲਾਕਾਤ ਹੋਈ ਹੈ ਇਹਨਾਂ ਚੋਣਾਂ ਨੂੰ ਲੈ ਕੇ, ਖਾਸ ਕਰਕੇ ਸਮੀਖਿਆ ਕੀਤੀ ਗਈ ਹੈ ਕਿ ਉਹਦਾ ਕੀ ਕਾਰਨ ਕੀ ਰਿਹਾ, ਮੁੱਖ ਮੰਤਰੀ ਸਾਹਿਬ ਨਾਲ ਕਿਸ ਤਰੀਕੇ ਦਾ ਮੁਲਾਕਾਤ ਰਹੀ ਔਰ ਉਸ ਮੁਲਾਕਾਤ ਦੇ ਵਿੱਚ ਮੁੱਖ ਕਾਰਨ ਕੀ ਨਿਕਲ ਕੇ ਸਾਹਮਣੇ ਆਇਆ? ਮੁੱਖ ਮੰਤਰੀ ਸਾਹਿਬ ਨੇ ਦੋ ਦੋ ਹਲਕੇ ਰੋਜ਼ ਦੇ ਬੁਲਾ ਕੇ ਸਾਰਿਆਂ ਤੋਂ ਪੁੱਛਿਆ ਗਿਆ ਵੀ ਕਿਵੇਂ ਕੀ ਗੱਲ ਹੋ ਗਈ। ਉਹ ਜਿਵੇਂ ਵੀ ਹਾਂ ਵੀ ਪਹਿਲਾਂ ਚੋਣ ਵਧੀਆ ਚੱਲ ਰਹੀ ਸੀ ਮਗਰੋਂ ਆਹ ਜਿਹਾ ਫੈਕਟਰ ਹੋ ਗਿਆ, ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਵੀ ਗਾਂਹ ਨੂੰ ਕੀ ਕਰਿਆ ਜਾਵੇ, ਮਤਲਬ ਉਸ ਤਰ੍ਹਾਂ ਦਾ ਦੂਸਰੇ ਦਾ ਵੀ ਜਿਹੜੀ ਪਾਰਟੀ ਨੂੰ ਇੱਕਜੁੱਟ ਰੱਖਣਾ, ਪਾਰਟੀ ਦਾ ਸੰਗਠਨ ਤਗੜਾ ਕਰਨਾ, ਸਰਕਾਰ ਵੱਲੋਂ ਲੋਕਾਂ ਦੀ ਸੇਵਾ ਵਿੱਚ ਆਪਦਾ ਭਰੋਸਾ ਕਾਇਮ ਕਰਨਾ। ਪਰ ਜਿਸ ਤਰੀਕੇ ਦੇ ਨਾਲ ਲਗਾਤਾਰ ਜਿਹੜਾ ਹੈ, ਕਦੀ ਸੁਨੀਲ ਜਾਖੜ ਹੋ ਗਏ ਉਹਨਾਂ ਵੱਲੋਂ ਵੀ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਦੇ ਉਹਨਾਂ ਦੇ ਦੌਰਾਨ ਕੰਪਲੇਂਟਸ ਕੀਤੀਆਂ ਗਈਆਂ ਸੀਗੀਆਂ, ਉਹਨਾਂ ਉਸ ਚੀਜ਼ਾਂ ਨੂੰ ਕਿੱਦਾਂ ਦੇਖਿਆ ਜਾਵੇ, ਕਿਉਂਕਿ ਲਗਾਤਾਰ ਜਿਹੜਾ ਹੈ ਉਹਨਾਂ ਵੱਲੋਂ ਸਿੱਧੇ ਨਿਸ਼ਾਨੇ ਤਾਂ ਤੁਹਾਡੇ 'ਤੇ ਸਾਰਿਆਂ 'ਤੇ ਸਾਧੇ ਜਾ ਰਹੇ ਸੀਗੇ। ਦੇਖੋ ਜੀ, ਇੱਕ ਗੱਲ ਹੈ ਵੀ ਅਸੀਂ ਪੰਜਾਬ ਵਿੱਚ ਰਾਜ ਕਰਨ ਦੀ ਧਿਰ ਸੀਗੀ, ਅਤੇ ਉਹ ਚਾਹੇ ਬੀ ਜੇ ਪੀ ਸੀ ਅਤੇ ਚਾਹੇ ਕਾਂਗਰਸ ਸੀ, ਚਾਹੇ ਅਕਾਲੀ ਦਲ ਸੀ, ਬੀ ਐੱਸ ਪੀ ਸੀ ਜਾਂ ਕੋਈ ਅਕਾਲੀ ਦਲ ਅਮਰ, ਸਾਰੇ ਹੀ ਸਾਡੇ ਇਸ ਗੱਲ 'ਤੇ ਮਗਰ ਸੀ ਵੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਇਹਨਾਂ ਨੂੰ ਹਰਾਇਆ ਜਾਵੇ, ਹੋਰ ਕੋਈ ਜਿੱਦਾਂ ਕੋਈ ਜਿੱਦਾਂ ਸਾਰਿਆਂ ਦਾ ਇੱਦਾਂ ਹੋ ਜਾਂਦਾ ਸੀ। ਉਹ ਫਿਰ ਸਾਡੇ ਮਗਰ ਪਏ ਹੋਏ ਸੀ, ਉਹਦੀ ਕੋਈ ਗੱਲ ਨਹੀਂ, ਵਿਰੋਧੀ ਲੋਕਾਂ ਦਾ ਉਹ ਆਪਣਾ ਫਰਜ਼ ਅਦਾ ਕਰਦੇ, ਮੈਨੂੰ ਉਸ ਗੱਲ 'ਚ ਕੋਈ ਅਫਸੋਸ ਨਹੀਂ ਜਾਂ ਮੈਨੂੰ ਕਿਸੇ ਨਾਲ ਗਿਆ ਨਹੀਂ। ਅਤੇ ਫਿਰ ਇੱਕ ਬੀਤੇ ਦਿਨ ਬਿਆਨ ਵੀ ਪ੍ਰਤਾਪ ਸਿੰਘ ਬਾਜਵਾਣਾ ਦਾ ਸਾਹਮਣੇ ਆਇਆ, ਕਹਿੰਦੇ ਕਿ ਅਸੀਂ ਤਾਂ ਹਾਈਕਮਾਂਡ ਨੂੰ ਪਹਿਲਾਂ ਹੀ ਕਹਿੰਦੇ ਸੀਗੇ ਕਿ ਆਮ ਆਦਮੀ ਪਾਰਟੀ ਦੇ ਨਾਲ ਇੰਡੀਆ ਗੱਠਜੋੜ ਨਾ ਕੀਤਾ ਜਾਵੇ, ਕਹਿੰਦੇ ਜੇ ਦਿੱਲੀ ਦੇ ਵਿੱਚ ਕਿਤੇ ਗੱਠਜੋੜ ਨਾ ਕੀਤਾ ਹੁੰਦਾ ਤਾਂ ਸ਼ਾਇਦ ਕਾਂਗਰਸ ਨੂੰ ਸੀਟਾਂ ਆ ਜਾਂਦੀਆਂ, ਸਾਰੀਆਂ ਸੀਟਾਂ ਭਾਜਪਾ ਦੇ ਖੇਮੇ 'ਚ ਗਈਆਂ। ਔਰ ਉੱਥੇ ਵੀ ਇਹ ਸਵਾਲ ਜ਼ਰੂਰ ਖੜਾ ਹੋਵੇ ਕਿ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਸੱਤਾ ਦੇ ਵਿੱਚ ਹੈ, ਫਿਰ ਵੀ ਜਿਹੜੀਆਂ ਸਾਰੀਆਂ ਸੀਟਾਂ ਭਾਜਪਾ ਦੇ ਖੇਮੇ 'ਚ ਆਈਆਂ। ਇਹ ਪਿਛਲੀ ਵਾਰ ਵੀ ਸੀ, ਪਤਾ ਨਹੀਂ ਦਿੱਲੀ ਦੇ ਲੋਕਾਂ ਦਾ ਜੋ ਉਹੀ ਗੱਲ ਹੈ ਵੀ ਵਿਧਾਨ ਸਭਾ ਲਈ ਕਿੱਥੇ ਕਿਹਨੂੰ ਚੁਣਨਾ ਚਾਹੁੰਦੇ ਅਤੇ ਲੋਕ ਸਭਾ ਲਈ ਹੈ। ਦੂਸਰੀ, ਸਰਦਾਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਗੱਲ, ਚਲੋ ਤਾਂ ਹੁਣ ਮੇਰਾ ਖਿਆਲ ਜਨਵਰੀ 'ਚ ਫਿਰ ਦਿੱਲੀ ਆ ਜਾਣੀ, ਅੱਡੋ ਅੱਡ ਅਸੀਂ ਲੜਾਂਗੇ, ਚਲੋ ਜਿਹਨੂੰ ਲੋਕ ਪਸੰਦ ਕਰਨਗੇ ਉੱਥੇ ਹੋ ਜਾਊਗਾ। ਅਤੇ ਇੱਥੇ ਜਿਹੜੀ ਪੰਜਾਬ ਦੀ ਹੈ ਬਰਾਬਰੀ ਉਹਨਾਂ ਨੂੰ ਅਤੇ ਬਰਾਬਰ ਸਾਨੂੰ ਆ, ਕੋਈ ਇੰਨੀ ਬਾਹਲੀ ਨਹੀਂ। ਠੀਕ ਆ, ਵਿਨਿੰਗ ਜਿਹੜੀ ਸੀਟ ਕਪੈਸਿਟੀ ਉਹਨਾਂ ਦੀ ਵੱਧ ਗਈ ਹੈ, ਚਲੋ ਕਿਸੇ ਵੇਲੇ ਕਿਵੇਂ ਹੋ ਜਾਂਦਾ ਉਸ ਗੱਲ 'ਤੇ।
ਖੁੜੇ ਸਾਹਿਬ, ਚਲੋ ਇਹ ਤਾਂ ਹੁਣ ਆਪਣਾ ਲੋਕ ਸਭਾ ਦਾ ਜਿਹੜਾ ਸਫ਼ਰ ਰਿਹਾ ਉਸ 'ਤੇ ਉਹ ਗੱਲ ਹੋ ਗਈ, ਪਰ ਹੁਣ ਆਪਾਂ ਪੰਜਾਬ ਦੇ ਉੱਤੇ ਆ ਜਾਂਦੇ, ਤੁਹਾਡੇ ਖੇਤੀਬਾੜੀ ਮਹਿਕਮੇ ਦੇ ਉੱਤੇ ਆ ਜਾਂਦੇ ਹਾਂ। ਝੋਨੇ ਦਾ ਸੀਜ਼ਨ ਆ ਚੁੱਕਿਆ ਹੋਇਆ, ਲਗਾਤਾਰ ਮੁੱਖ ਮੰਤਰੀ ਮਾਨ ਵੀ ਜਿਹੜੇ ਨੇ ਇਸ ਨੂੰ ਲੈ ਕੇ ਬੈਠਕਾਂ ਕਰ ਰਹੇ ਨੇ, ਬਿਜਲੀ ਵਿਭਾਗ ਨਾਲ ਵੀ ਕੱਲ੍ਹ ਬੈਠਕ ਹੋਈ ਆ। ਉਸ ਤੋਂ ਬਾਅਦ ਹੁਣ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਝੋਨੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਕੀ ਤਿਆਰੀ ਹੈ, ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਜਿਹੜੀ ਕਿਸਾਨਾਂ ਤੱਕ ਪਹੁੰਚ ਕਰ ਰਹੀ ਹੈ, ਜਾਂ ਫਿਰ ਕਿਸਾਨਾਂ ਨੂੰ ਕਿਸ ਤਰੀਕੇ ਨਾਲ ਝੋਨੇ ਨੂੰ ਲਗਾਉਣ ਦੀ ਗੱਲ ਕਰ ਰਹੀ, ਕਿਉਂਕਿ ਪਿਛਲੀ ਵਾਰ ਸਿੱਧੀ ਬਿਜਾਈ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਜਿਹੜਾ ਹੈ ਕਹਿ ਸਕਦੇ ਹਾਂ ਕਿ ਪ੍ਰਚਾਰ ਸਰਕਾਰ ਵੱਲੋਂ ਕੀਤਾ ਗਿਆ ਸੀਗਾ। ਇੱਥੇ ਵੀ ਹੈ 1500 ਪਰ ਏਕੜ ਅਸੀਂ ਸਿੱਧੀ ਬਿਜਾਈ ਦਾ ਦੇਣਾ, ਤਕਰੀਬਨ 5 ਲੱਖ ਏਕੜ ਦਾ ਸਾਡਾ ਟਾਰਗੇਟ ਹੈ ਜੋ ਪੂਰਾ ਹੋ ਜਾਵੇ, ਵੀ ਉਹਦੇ ਨਾਲ ਥੋੜ੍ਹਾ ਹੌਲੀ ਹੌਲੀ ਇਸ ਪਾਸੇ ਅਸੀਂ ਲੋਕ ਆਈਏ, ਤੋ ਅਸੀਂ ਦੇਵਾਂਗੇ ਪੰਜਾਬ ਸਰਕਾਰ। ਬਿਜਲੀ ਦਾ ਪ੍ਰਬੰਧ ਕਰ ਦਿੱਤਾ ਗਿਆ, ਤੋ 15 ਜੂਨ ਤੋਂ ਬਾਅਦ ਬਿਜਲੀ ਦੀ ਕੋਈ ਇਹੋ ਜਿਹੀ ਗੱਲ ਕਿਤੇ ਵੀ ਨਹੀਂ, ਕਿਸੇ ਤਾਂ ਦਿੱਕਤ ਨਹੀਂ ਆਊਗੀ। ਜੇ ਕੋਈ ਕੁਦਰਤ ਵੱਲੋਂ ਨਾ ਇਹੋ ਜਿਹੀ ਤੂਫਾਨ ਵਗੈਰਾ ਜਾਂ ਉਹ ਆ ਜਾਂਦਾ, ਤੋ ਉਸ ਦਿਨ ਨੂੰ ਵੀ ਕਈ ਵਾਰੀ ਨਾ ਜਿਹੜੇ ਵਿਰੋਧੀ ਮਿੱਤਰ ਪਿਆਰੇ ਬੜਾ ਲਾ ਦਿੰਦੇ ਆ, ਹੁਣ ਕਈ ਦਿਨਾਂ ਮੌਸਮ ਕਿਸ ਤਰ੍ਹਾਂ ਖਰਾਬ ਹੋਇਆ, ਕਿਤੇ ਬਿਜਲੀ 5-7 ਘੰਟੇ ਠੀਕ ਕਰਨ 'ਤੇ ਵੀ ਲੱਗ ਜਾਂਦੇ ਸੀ, ਕਹਿੰਦੇ ਹੁਣ 24 ਘੰਟੇ ਚੱਲਦੀ ਹੈ। ਕੋਸ਼ਿਸ਼ ਕੀਤੀ ਜਾਂਦੀ ਹੈ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਇਹਦਾ ਫਾਇਦਾ ਜਿਹੜਾ ਉਠਾ ਸਕਣ, ਬਿਜਲੀ ਦਾ ਦਿੱਤਾ ਜਾਂਦਾ। ਨਹਿਰਾਂ ਦਾ ਪਾਣੀ ਛੱਡ ਦਿੱਤਾ ਗਿਆ 11 ਤਰੀਕ ਨੂੰ, ਤਕਰੀਬਨ ਉਹ ਸਾਰੇ ਥਾਵਾਂ 'ਤੇ ਪਹੁੰਚਣ ਲੱਗ ਜੂਗਾ। ਤੋ ਕੋਸ਼ਿਸ਼ ਹੈ ਸਾਡੀ ਸਾਰਿਆਂ ਨੂੰ ਵੀ ਇਹ ਜਿਹੜੀ, ਕਿਉਂਕਿ ਅਸੀਂ ਤਾਂ ਪੰਜਾਬ ਦੇ ਲੋਕ, ਖੇਤੀ ਬੇਸਡ ਹੀ ਸਾਡਾ ਹੈਗਾ ਜਿਹੜਾ ਸੂਬਾ, ਇਹਦੇ ਨਾਲ ਹੀ ਅਸੀਂ ਤਰੱਕੀ ਕਰ ਸਕਣੀ, ਇਸੇ ਨਾਲ ਹੀ ਅਸੀਂ ਆਪਣਾ ਗੁਜ਼ਾਰਾ ਕਰਨਾ, ਅਤੇ ਉਹਨੂੰ ਅਸੀਂ ਸੁਚੱਜੇ ਢੰਗ ਨਾਲ। ਕਿਸਾਨ ਭਰਾਵਾਂ ਨੂੰ ਵੀ ਬੇਨਤੀ ਹੈ ਵੀ ਉਹ ਕਿਸਮਾਂ ਬੀਜਣ ਜਿਨ੍ਹਾਂ ਦੇ ਨਾਲ ਪਾਣੀ ਦੀ ਖਪਤ ਥੋੜ੍ਹੀ ਘੱਟ ਹੋਵੇ, ਸਮਾਂ ਵੀ ਘੱਟ ਲਵੇ, ਅਤੇ ਜਿਹਦੇ ਨਾਲ ਸਾਡਾ ਸਮਾਜਿਕ ਤੌਰ 'ਤੇ ਸਾਰਿਆਂ ਦਾ ਹੀ ਵੱਡਾ, ਪੰਜਾਬ ਦੇ ਲੋਕਾਂ ਦਾ ਫਾਇਦਾ ਹੋਊਗਾ। ਕੁੜੇ ਸਾਹਿਬ, ਪਿਛਲੇ ਸਾਲ ਦੇਖਿਆ ਗਿਆ ਸੀਗਾ ਜਦੋਂ ਝੋਨੇ ਦਾ ਸੀਜ਼ਨ ਸੀਗਾ, ਸਾਰਿਆਂ ਨੇ ਚੀਜ਼ ਅੱਖੀਂ ਦੇਖੀ ਹੈ ਕਿ ਜਦੋਂ ਝੋਨਾ ਬੀਜਿਆ ਗਿਆ ਹੋਇਆ ਸੀਗਾ, ਉਹਨਾਂ ਦੌਰਾਨ ਕਈ ਇਲਾਕਿਆਂ ਦੇ ਵਿੱਚ ਹੜ੍ਹ ਦੀ ਮਾਰ ਪਈ ਸੀਗੀ। ਉਸ ਹੜ੍ਹ ਦੀ ਮਾਰ ਤੋਂ ਬਚਣ ਦੇ ਲਈ ਇਸ ਵਾਰ ਪੰਜਾਬ ਸਰਕਾਰ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ? ਜਿਹੜੀ ਕੁਦਰਤ ਆ ਨਾ ਜੀ, ਕੁਦਰਤ ਪਰਮਾਤਮਾ ਨੂੰ ਕੋਈ ਵੀ ਬੰਦਾ ਪਹੁੰਚ ਨਹੀਂ ਸਕਿਆ ਜੀ, ਸੰਤ ਮਹਾਤਮਾ ਵੀ ਲੱਗੇ ਰਹੇ ਨੇ, ਮੈਨੂੰ ਨਹੀਂ ਲੱਗਦਾ ਕਿਸੇ ਗੱਲ ਨੂੰ ਰੋਕਿਆ ਜਾ ਸਕਿਆ ਹੋਵੇ। ਉੱਥੇ ਤਾਂ ਅਸੀਂ ਹੱਥੀ ਬੰਨਦੇ ਹਾਂ। ਦੂਸਰੀ ਗੱਲ ਵੀ ਉਹਦਾ ਜਿਹੜਾ ਪ੍ਰਬੰਧ, ਉਹਦੀ ਉਹਨੂੰ ਡਿਫੈਂਸ ਕਰਨਾ, ਸਮੇਂ ਦੀ ਕੋਈ ਵੀ ਸਰਕਾਰ, ਅੱਜ ਅਸੀਂ ਕਰ ਰਹੇ ਹਾਂ ਸਾਡਾ ਫਰਜ਼, ਅਸੀਂ ਨਿਭਾਵਾਂਗੇ ਅਤੇ ਨਿਭਾਇਆ। ਪਿਛਲੀ ਵਾਰ ਦੁਬਾਰਾ ਝੋਨਾ ਬੀਜਿਆ, ਝੋਨਾ ਅਸੀਂ ਅੱਗੇ ਨਾਲੋਂ ਵੱਧ ਸਗੋਂ ਉਹਦੇ ਪੂਲ 'ਚ ਪਾ ਦਿੱਤਾ ਹੈਗਾ ਜੀ, ਅਤੇ ਕੋਸ਼ਿਸ਼ ਹੈ ਸਾਡੀ ਵੀ ਕੁਦਰਤ ਤੋਂ ਮੌਸਮ ਠੀਕ ਰੱਖੇ ਤਾਂ ਜਿਹੜਾ ਹਰ ਇੱਕ ਢੰਗ ਨਾਲ ਅਸੀਂ ਚੰਗੀ ਤਰੱਕੀ ਕਰ ਸਕੀਏ, ਅਸੀਂ ਅੱਗੇ ਨਾਲੋਂ ਵੀ ਵੱਧ ਜਿਹੜਾ ਤਕਰੀਬਨ 21% ਤੋਂ ਵੱਧ ਪਾਉਂਦੇ ਹਾਂ, ਦੂਈ ਵਧਾ ਦਈਏ ਜਿਹੜਾ ਝੋਨੇ ਦਾ ਪੂਲ 'ਚ ਹਿੱਸਾ ਪਾਉਂਦੇ। ਕਿਸਾਨ ਇਸ ਵਾਰ ਜਦੋਂ ਤੁਹਾਡੇ ਵੱਲੋਂ ਅਨਾਊਂਸਮੈਂਟ ਕੀਤੀ ਗਈ ਹੈ, ਜਦੋਂ ਸਮਾਂ ਅਨਾਊਂਸ ਕੀਤਾ ਗਿਆ ਝੋਨਾ ਲਗਾ, ਕਿਸਾਨ ਕਿਤੇ ਨਾ ਕਿਤੇ ਇਸ ਬਾਬਤ ਇਹ ਜ਼ਰੂਰ ਕਹਿੰਦਾ ਨਜ਼ਰ ਆ ਰਿਹਾ, ਕਹਿੰਦੇ ਕਿ ਜਿਹੜਾ ਡਿਵਾਈਡ ਕਰਕੇ ਨਹੀਂ ਕਰਨਾ ਚਾਹੀਦਾ ਸੀਗਾ, ਜਾਂ ਫਿਰ ਕਿਉਂਕਿ ਇੱਕ ਪਾਸੇ ਸਿਰਫ ਪਹਿਲੇ 6 ਜ਼ਿਲ੍ਹਿਆਂ 'ਚ ਲੱਗਣਾ ਸੀ, ਉਸ ਤੋਂ ਬਾਅਦ ਜਿਹੜਾ ਬਾਕੀ ਸਾਰਿਆਂ 'ਚ ਲੱਗਣਾ ਸੀਗਾ, ਉਹ ਕਹਿੰਦੇ ਕਿ ਇਸ ਨੂੰ ਥੋੜ੍ਹਾ ਹੋਰ ਚੱਜ ਨਾਲ ਡਿਵਾਈਡ ਕਰ ਪਾਉਂਦੇ, ਨਾ ਹੀ ਸਿੱਧਾ ਬਿਜਲੀ ਦਾ ਬੋਝ ਪੈਂਦਾ, ਨਾ ਹੀ ਸ਼ਾਇਦ ਪਾਣੀ ਦਾ ਇੰਨਾ ਜ਼ਿਆਦਾ ਬੋਝ ਪੈਂਦਾ। ਮਤਲਬ ਹੁਣ ਇੱਕੇ ਵਾਰੀ ਕਰ ਦਿੱਤਾ ਗਿਆ, ਤੁਸੀਂ ਇਹ ਕਹਿੰਦੇ ਹੋ? ਇਹ ਕਿਸਾਨ ਕਹਿ ਰਹੇ? ਨਹੀਂ, ਕਿਸਾਨ ਨਹੀਂ ਕਹਿ ਰਹੇ, ਕੋਈ ਮਤਲਬ ਵੈਸੇ ਬਹੁਤ ਸਲਾਹਕਾਰ ਹੁੰਦੇ ਆ, ਸਾਰੇ ਥਾਵਾਂ 'ਤੇ ਚੱਲ ਰਿਹਾ। ਪਿਛਲੀ ਵਾਰੀ ਅਸੀਂ ਉਵੇਂ ਕੀਤਾ ਸੀ, ਉਸ 'ਤੇ ਫਿਰ ਲੋਕਾਂ ਨੂੰ ਇਹ ਹੋਇਆ ਵੀ ਅਸੀਂ ਪਿੱਛੇ ਰਹਿ ਜਾਂਦੇ, ਅਸੀਂ ਅੱਗੇ ਰਹਿ ਜਾਂਦੇ ਹਾਂ,
ਤੋਂ ਅਸੀਂ ਤਾਂ ਬਿਜਲੀ ਦੇਣੀ ਹੈ, ਅਸੀਂ ਪ੍ਰਬੰਧ ਕਰਕੇ ਦੇਣਾ ਕਰਕੇ ਦੇ ਦਿੱਤਾ ਹੈਗਾ। ਉਹ ਕਿਸਾਨ ਭਰਾਵਾਂ ਦੀ ਆ, ਉਸ ਤਰ੍ਹਾਂ ਉਹ ਇੰਨੇ ਕੁ ਦਿਨਾਂ 'ਚ ਲਾ ਲੈਣੀ ਹੈ। ਕਹਿੰਦੇ ਕਿ ਕਿਸਾਨ ਕੋਈ ਨਾ ਕੋਈ ਕਿਸਾਨਾਂ ਨਾਲ ਸਲਾਹ ਜਿਹੜੀ ਸਰਕਾਰ ਨੂੰ ਜ਼ਰੂਰ ਕਰ ਲੈਣੀ ਚਾਹੀਦੀ ਹੈ। ਅਸੀਂ ਆਪ ਵੀ ਕਿਸਾਨ ਹੀ ਹਾਂ, ਕੋਈ ਨਹੀਂ ਕਿਸਾਨਾਂ ਨਾਲ ਕਰਦੇ ਹਾਂ। ਮੈਨੂੰ ਜਿਹੜੀ ਤੁਸੀਂ ਲੋਕ ਸਭਾ ਦੀ ਗੱਲ ਵੀ ਕਰਦੇ ਸੀ ਜੀ, ਲੋਕ ਸਭਾ 'ਚ ਵੀ ਵੇਖੋ ਇੱਕੋ ਮੇਰੇ ਵਾਲੀ ਸੀਟ ਸੀ ਜਿੱਥੇ ਮੇਰੇ ਆ ਕੇ ਮਤਲਬ ਅੱਗੇ ਖੜ ਜਾਂਦੇ ਸੀ ਭਰਾ 5-7 ਜੀ, ਤੋਂ ਮੈਂ ਜਦੋਂ ਗਾਂਹ ਵਾਲੇ ਪਿੰਡ ਨੂੰ ਜਾਣਾ, ਮੈਂ 15-20 ਮਿੰਟ ਉਹਨਾਂ ਨਾਲ ਸੈਟਿਸਫੈਕਸ਼ਨ ਕਰਨ ਵਾਸਤੇ ਲੱਗ ਜਾਂਦੇ ਸੀਗੇ ਜੀ। ਤੋ ਮੈਂ ਮਤਲਬ ਮੈਨੂੰ ਨਹੀਂ ਪਤਾ ਲੱਗ ਸਕਿਆ ਵੀ ਮੇਰਾ ਕਸੂਰ ਕੀ ਸੀ, ਮੈਂ ਹਰ ਇੱਕ ਥਾਂ ਕਿਸਾਨਾਂ ਦੇ ਨਾਲ ਖੜਦਾ ਅਤੇ ਖੜਿਆ ਰਿਹਾ। ਬਿਲਕੁਲ। ਦੂਜੀ ਜਿਹੜੀ ਮੇਰੀ ਲੋਕ ਸਭਾ ਲਈ, ਮੈਂ ਜਿਹੜੀ ਕਈ ਵਾਰੀ ਨਾ ਬੰਦੇ ਨੂੰ ਹੌਂਸਲੇ ਟੁੱਟ ਜਾਂਦੇ ਆ, ਮੇਰਾ ਨੌਜਵਾਨ ਭਤੀਜੇ ਦੀ ਡੈਥ ਹੋ ਗਈ ਸੀ। ਬਿਲਕੁਲ। ਜਦੋਂ ਇਲੈਕਸ਼ਨ ਸ਼ੁਰੂ ਕਰਨਾ ਸੀ, ਮੇਰਾ ਭਤੀਜਾ ਰਣਧੀਰ ਧੀਰਾ ਜਿਹੜਾ ਅੱਧ ਵਾਂਗੂ ਇਲੈਕਸ਼ਨ ਨੂੰ ਸਾਂਭਦਾ ਹੈਗਾ, ਉਹ ਤੋਂ ਛੋਟਾ ਭਰਾ ਸੀ, ਜਵਾਨ ਮੁੰਡੇ ਦਾ ਘਰੋਂ ਚਲੇ ਜਾਣਾ ਉਹ ਦੁਖਦਾਈ ਹੋਇਆ, ਅਸੀਂ ਉਹਦੇ 'ਚ ਉਲਝੇ। ਉਸ ਤੋਂ ਬਾਅਦ ਵੀ ਇੱਕ ਵਾਰੀ ਸਾਰਿਆਂ ਦੇ ਹੌਂਸਲੇ ਉੱਡੇ ਤਕੜੇ ਨਹੀਂ ਹੁੰਦੇ ਜਿੰਨੇ ਅਸੀਂ ਉਸ ਨੂੰ ਮਤਲਬ ਹੌਂਸਲੇ ਨਾਲ ਪੈ ਜਾਣਾ ਹੁੰਦਾ ਜੀ। ਤੋ ਇਹ ਗੱਲਾਂ ਤਾਂ ਇਹ ਵੀ ਮੈਨੂੰ ਜਿਵੇਂ ਕਹਿੰਦੇ ਨਾ ਵੀ ਬਿਨਾਂ ਮਤਲਬ ਤੋਂ ਮੈਨੂੰ ਉਲਝਾਇਆ ਜਾਂਦਾ ਰਿਹਾ। ਮੁਆਵਜ਼ਾ ਵੀ ਅਸੀਂ ਦਿੱਤਾ, ਉਹ ਦੇਣ ਦੀ ਗੱਲ ਵੀ ਕੀਤੀ ਵੀ ਦੇਣਾ, ਇਹਦੇ 'ਚ ਕੋਈ ਗੱਲ ਨਹੀਂ, ਕਿਉਂਕਿ ਜਦੋਂ ਇਲੈਕਸ਼ਨ ਕੋਡ ਲੱਗਿਆ ਤਾਂ ਇਲੈਕਸ਼ਨ ਕਮਿਸ਼ਨ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ। ਤੋ ਚਲੋ ਉਹਨਾਂ ਭਰਾਵਾਂ ਦੀ ਵੀ ਮਿਹਰਬਾਨੀ, ਚਲੋ ਕਿਸੇ ਦੇ ਕੰਮ ਕੋਈ ਆਇਆ, ਮੈਨੂੰ ਕੋਈ ਗੱਲ ਨਹੀਂ। ਤੋ ਸਾਰੀਆਂ ਗੱਲਾਂ ਹੀ ਥੋੜ੍ਹੀਆਂ ਜਿਹੜੀਆਂ ਲੋਕ ਸਭਾ ਲਈ। ਇੱਕ ਸਵਾਲ ਇੱਥੇ ਜ਼ਰੂਰ ਖੜਾ ਹੁੰਦਾ ਫਸਲਾਂ ਨੂੰ ਲੈ ਕੇ, ਕਿਉਂਕਿ ਹੁਣ ਕਿਸਾਨ ਕਿਤੇ ਨਾ ਕਿਤੇ ਇਹ ਵੀ ਕਹਿ ਰਹੇ ਨੇ, ਕਹਿੰਦੇ ਕਿ ਕਪਾਹ ਨੂੰ ਥੋੜ੍ਹਾ ਜਿਹਾ ਘਟਾਇਆ ਜਾਏਗਾ ਕਿਉਂਕਿ ਗੁਲਾਬੀ ਸੁੰਡੀ ਦੀ ਮਾਰ ਲਗਾਤਾਰ ਜਿਹੜੀ ਪੈ ਰਹੀ ਹੈ ਉਸ ਕਰਕੇ, ਔਰ ਦੂਜਾ ਕਾਰਨ ਜਿਹੜਾ ਦੱਸਿਆ ਗਿਆ ਕਹਿ ਰਹੇ ਨੇ ਕਿ ਜਿਹੜੇ ਬੀਜ ਜਿਹੜੇ ਨੇ ਉਹ ਸਹੀ ਢੰਗ ਦੇ ਨਹੀਂ ਮਿਲ ਰਹੇ, ਬੀਜਾਂ ਨੂੰ ਲੈ ਕੇ ਕਿਸ ਇਹਨਾਂ ਸਭ ਚੀਜ਼ਾਂ ਨੂੰ ਕਿੱਦਾਂ? ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਵੀ ਜਿਹੜੀਆਂ ਗੱਲਾਂ ਵੀ ਘਟਾਇਆ ਗਿਆ, ਪਰ ਇਹ ਇਕੱਲੇ ਪੰਜਾਬ 'ਚ ਨਹੀਂ ਯਾਰ, ਸਾਰੇ ਇੰਡੀਆ 'ਚ ਜਿਹੜੀ ਬਿਮਾਰੀ ਪੈਣ ਲੱਗ ਗਈ ਹੈ ਜੀ, ਇਹਦਾ ਕੋਈ ਹੱਲ ਕਿਉਂ ਨਹੀਂ ਨਿਕਲ ਰਿਹਾ ਹੈ ਇਸ ਬਾਰੇ? ਜਿਵੇਂ ਹੁਣ ਕੈਂਸਰ ਦੀ ਗੱਲ ਆ ਜੀ, ਕੈਂਸਰ 'ਤੇ ਵੀ ਹੁਣ ਉਹਦੇ 'ਤੇ ਲੱਗੇ ਹੋਏ ਆ, ਨਹੀਂ ਸੂਤ ਆ ਰਿਹਾ, ਸ਼ੂਗਰ 'ਤੇ ਵੀ ਆ ਰਿਹਾ, ਇਸੇ ਤਰ੍ਹਾਂ ਇਹ ਕੋਈ ਜਿਹੜੀ ਇਹ ਗੁਲਾਬੀ ਸੁੰਡੀ ਵਾਲੀ ਹੈ, ਦਵਾਈਆਂ ਅਸਰ ਕਰਦੀਆਂ ਉਹਨੂੰ, ਜਿਹੜੇ ਜ਼ਿਮੀਂਦਾਰ ਉਹਨਾਂ ਦਿਨਾਂ 'ਚ ਦੋ ਦਿਨਾਂ ਬਾਅਦ ਮਤਲਬ ਜਿਹੜੀ ਘੱਟ ਡੋਜ਼ ਵਾਲੀ ਦਵਾਈ ਛਿੜਕਣੀ ਹੁੰਦੀ ਹੈ ਉਹਦੇ ਨਾਲ ਠੀਕ ਵੀ ਆ ਜਾਂਦਾ, ਪਰ ਉਹਦੇ 'ਚ ਕਈ ਵਾਰੀ ਉਹ ਬੰਦਾ 1-2 ਦਿਨ ਵੱਧ ਲੈ ਜਾਂਦਾ ਤਾਂ ਉਸੇ 'ਚ ਹੀ ਮਾਰਿਆ ਜਾਂਦਾ। ਇਹ ਬੜਾ ਟੈਕਨੀਕਲ ਜਿਹਾ ਪੁਆਇੰਟ ਹੋਇਆ ਪਿਆ, ਉਹ ਜ਼ਿਮੀਂਦਾਰ ਇਹਨੂੰ ਸਾਂਭ ਵੀ ਨਹੀਂ ਸਕਦਾ। ਮੈਂ ਵੀ ਸਾਂਭਦਾ ਜ਼ਿਮੀਂਦਾਰ ਸਾਰੇ ਥਾਵਾਂ 'ਤੇ, ਜੇ ਤਾਂ ਹੋਵੇ ਨਾ ਉਹਨੇ 1-2 ਏਕੜ ਕਰਨਾ ਹੋਵੇ ਤਾਂ ਭੱਜ ਦੌੜ ਕਰ ਵੀ ਸਕਦਾ, ਕਈ ਵਾਰੀ ਇੱਧਰਲੇ ਪਾਸੇ ਮੈਂ ਕਰ ਰਿਹਾ ਦੂਸਰੇ ਪਾਸੇ ਰਹਿ ਜਾਂਦਾ। ਇਹਦੇ 'ਚ ਸਾਰੇ ਹਿੰਦੁਸਤਾਨ 'ਚ ਹੀ ਇਹਦਾ ਅਸਰ ਪੈ ਰਿਹਾ ਕੋਟਨ ਦਾ, ਕੋਈ ਇਕੱਲਾ ਪੰਜਾਬ 'ਚ ਨਹੀਂ ਪੈ ਰਿਹਾ। ਪੰਜਾਬ ਦਾ ਮੈਂ ਵੀ ਇਸ ਗੱਲ 'ਚੋਂ ਚਿੰਤਾ 'ਚ ਹਾਂ ਵੀ ਜਿਹੜਾ ਰਕਬਾ ਘੱਟਦਾ, ਜਿਹੜੀ ਖੇਤੀ ਜਿਹੜੀ ਕਪਾਹ ਦੀ ਖੇਤੀ ਬਹੁਤ ਵਧੀਆ ਸੀ ਜੀ, ਇੱਕ ਤਾਂ ਇਹਦੀ ਲੇਬਰ ਵਾਲਿਆਂ ਨੂੰ ਬਹੁਤ ਫਾਇਦਾ ਹੋ ਜਾਂਦਾ, ਇੱਕ ਇਹਦਾ ਬਾਲਣ ਵਾਲਿਆਂ ਨੂੰ ਬਹੁਤ ਫਾਇਦਾ, ਜਿਹੜੇ ਗੈਸ ਸਿਲੰਡਰ ਹੈ ਗਰੀਬ ਘਰ ਨੂੰ ਵੀ ਲੈਣਾ ਪੈਂਦਾ, ਛੋਟੇ ਜ਼ਿਮੀਂਦਾਰ ਨੂੰ ਵੀ ਲੈਣਾ ਪੈਂਦਾ, ਸਾਰੇ ਲੋਕ ਹੁਣ ਗੈਸ ਸਿਲੰਡਰ 'ਤੇ ਨਿਰਭਰ ਹੋ ਗਏ। ਇਹ ਨਹੀਂ ਹੋਣਾ ਸੀਗਾ ਜੇ ਕਪਾਹ ਹੁੰਦੀ ਰਹਿੰਦੀ ਨਾ, ਕਪਾਹ ਤਾਂ ਵਧੀਆ ਇੱਕ ਚਿੱਟਾ ਸੋਨਾ ਜਿਹਨੂੰ ਕਿਹਾ ਜਾਂਦਾ ਸੀ, ਵਾਕਿਆ ਚਿੱਟਾ ਸੋਨਾ ਸੀ। ਬਿਲਕੁਲ। ਉਹਦਾ ਸਾਰਿਆਂ ਨੂੰ ਚਿੰਤਾ ਵੀ ਇਹ ਕਿਸੇ ਨਾ ਕਿਸੇ ਤਰ੍ਹਾਂ, ਇਹਦੇ ਕਈ ਕਾਰਨ ਆ ਵੀ ਜਿਹੜੀ ਸਾਡੀ ਰਹਿੰਦ ਖੂੰਹਦ ਰਹਿ ਜਾਂਦੀ ਆ ਜੀ, ਇੱਕ ਜਿਹੜੇ ਕਾਰਖਾਨੇ ਆ ਉਹਦੇ 'ਚ ਵੀ ਮਤਲਬ ਜਿਹੜੀਆਂ ਉਹਦੀਆਂ ਬਿਲਡਿੰਗਾਂ ਦੇ ਵਿੱਚ ਉਹਦਾ ਕੋਈ ਨਾ ਕੋਈ ਲਾਰਵਾ ਲੂਰਵਾ ਰਹਿ ਜਾਂਦਾ, ਉੱਥੋਂ ਗਾਂਹ ਚੱਲ ਪੈਂਦੀ। ਜਿਹੜੇ ਪਿੰਡਾਂ ਦੇ ਨੇੜੇ ਛੱਟੀਆਂ ਰੱਖੀਆਂ ਜਾਂਦੀਆਂ ਸੀ ਜੀ, ਉਹਦੀ ਰਹਿੰਦ ਖੂੰਹਦ ਜਾਂ ਤਾਂ ਉਹ ਅਪ੍ਰੈਲ ਮਹੀਨੇ ਤੋਂ ਪਹਿਲਾਂ ਜਾ ਕੇ ਕਿਤੇ ਸਾੜ ਦੇਣ, ਚੱਕ ਦੇਣ,
ਉਹ ਅਸੀਂ ਨਹੀਂ ਕਰ ਸਕਦੇ, ਉਹ ਰਹਿ ਜਾਂਦੀ ਉੱਥੋਂ ਗਾਂ ਅੱਗੇ ਵੀ ਮੇਰੇ ਮੇਰਾ ਆਪਦਾ ਜਿਹੜਾ ਖੇਤ ਆ ਉਹ ਨਿਆਈ ਆ ਜੀ। ਕਿਸੇ ਵੇਲੇ ਜਦੋਂ ਸਾਡੇ ਪਿੰਡ ਵੀ ਨਰਮਾ ਹੁੰਦਾ ਸੀ, ਸਾਡੇ ਬਹੁਤਾ ਨਰਮਾ ਕਾਣਾ ਹੋ ਜਾਂਦਾ ਸੀ, ਜਿਹੜੀ ਸੁੰਡੀ ਪੈ ਜਾਂਦੀ ਸੀ ਮੇਰਾ। ਹੁਣ ਲੱਗਦਾ ਵੀ ਉਹ ਨੇੜੇ ਜਿਹੜੇ ਛੱਟੀਆਂ ਹੋਇਆ ਕਰਦੀਆਂ ਸੀ ਉੱਥੋਂ ਬਿਮਾਰੀ ਫੈਲ ਜਾਂਦੀ ਸੀ, ਦੂਰ ਵਾਲੇ ਖੇਤਾਂ ਦੇ ਠੀਕ ਰਿਹਾ ਕਰਦਾ ਸੀ ਕਿਸੇ ਵੇਲੇ। ਹੁਣ ਤਾਂ ਚਲੋ ਸਾਡੇ ਵੀ ਉਹੀ ਝੋਨੇ ਵਾਲੀ ਖੇਤੀ ਹੋਣ ਲੱਗ ਗਈ। ਬਿਲਕੁਲ, ਸੋ ਫਿਰ ਇਸ ਨੂੰ ਲੈ ਕੇ ਕੁਝ ਕਦਮ ਚੱਕੇ ਜਾਣਗੇ ਤਾਂ ਕਿ ਕਿਸਾਨ ਜਿਹੜਾ ਹੈ, ਕਿਉਂਕਿ ਚਿੱਟਾ ਸੋਨਾ ਦਾ ਆਪਾਂ ਜ਼ਿਕਰ ਤਾਂ ਕਰ ਲਿਆ, ਪਰ ਉਸ ਨੂੰ ਲੈ ਕੇ ਹੁਣ ਕਿਸ ਤਰੀਕੇ ਦਾ ਕਦਮ ਚੱਕੇ ਜਾ ਸਕਦੇ ਹਨ, ਕਿਉਂਕਿ ਰਿਸਰਚ ਤਾਂ ਹੋਣੀ ਚਾਹੁੰਦੇ ਆ। ਰਿਸਰਚ ਤਾਂ ਚੱਲੀ ਜਾਂਦੀ ਹੈ, ਇਹਦੇ 'ਚ ਵੀ ਨਾ ਜਨਰੇਸ਼ਨ 5 BT ਤੱਕ ਆ ਗਿਆ ਕਈ ਮੁਲਕਾਂ 'ਚ ਜੀ। ਸਾਡੇ ਉਹਨੂੰ ਅਜੇ ਸੈਂਟਰ ਗੌਰਮੈਂਟ ਅਲਾਓ ਨਹੀਂ ਕਰ ਰਹੀ ਜੀ, ਤਾਂ ਉਹਦੇ ਵਿੱਚ ਜੇ ਉਹ ਗੱਲ ਤਾਂ ਉੱਥੇ ਰੱਖੀ ਜਾਓ, ਮੈਂਬਰ ਪਾਰਲੀਮੈਂਟ ਰੱਖਣੇ, ਇਸ ਨੂੰ ਖੁੱਲ੍ਹ ਕੇ ਰੱਖਣ। ਵੇਖੋ, ਮੈਂ 13 ਪਾਰਲੀਮੈਂਟ ਦੇ ਮੈਂਬਰ ਸਾਡੇ ਪੰਜਾਬ 'ਚੋਂ ਚੁਣੇ ਗਏ, ਮੁਬਾਰਕਾਂ ਉਹਨਾਂ ਨੂੰ ਸਾਰਿਆਂ ਨੂੰ। ਉਹ ਵੱਖੋ ਵੱਖਰੀਆਂ ਪਾਰਟੀਆਂ ਦੇ ਹੋ ਸਕਦੇ ਆ, ਪਰ ਪੰਜਾਬ ਸਾਡਾ ਸਾਰਿਆਂ ਦਾ ਸਾਂਝਾ, ਪੰਜਾਬ ਦੇ ਰਹੀ ਉਹਨਾਂ ਨੂੰ ਇੱਕਜੁੱਟ ਹੋ ਕੇ ਇੱਕ ਮੂੰਹ ਵਿੱਚ ਦੀ ਗੱਲ ਕੱਢਣੀ ਚਾਹੀਦੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਖੁੜੀਆ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ, ਔਰ ਉਮੀਦ ਕਰਦੇ ਹਾਂ ਕਿ ਹੁਣ ਅੱਗੇ ਜਿਹੜੀਆਂ ਸਮਾਂ ਆਉਣਾ ਉਸ ਦੇ ਵਿੱਚ ਜੋ ਪਿੱਛੇ ਕਹਿ ਰਹੇ ਨੇ ਕਿ ਜਿੱਦਾਂ ਤੁਸੀਂ ਵੀ ਕਿਹਾ ਕਿ ਕੁਛ ਇੱਕ ਚੀਜ਼ਾਂ ਰਹਿ ਗਈਆਂ ਉਹਨਾਂ ਨੂੰ ਸਰਕਾਰ ਜਲਦ ਤੋਂ ਜਲਦ ਪੂਰਾ ਕਰੇ। ਦੇਖੋ ਜੀ, ਸਰਕਾਰ ਸਾਡੇ ਸਾਡਾ ਫਰਜ਼ ਆ, ਜੇ ਸਾਨੂੰ ਲੋਕਾਂ ਨੇ ਚੁਣਿਆ, ਅਸੀਂ ਲੋਕਾਂ ਲਈ ਵੱਧ ਤੋਂ ਵੱਧ ਕਰਨਾ, ਇਨਸਾਫ ਦੇਣਾ, ਲੋਕਾਂ ਨੂੰ ਇੱਥੇ ਚੰਗਾ ਜੀਵਨ ਬਸਰ ਕਰਨ ਲਈ ਉਹਦੇ ਵਿੱਚ ਸਹਾਇਤਾ ਕਰਨੀ ਸਾਡਾ ਫਰਜ਼ ਆ, ਉਹਦੇ ਵਿੱਚ ਅਸੀਂ ਲੱਗੇ ਰਹਾਂਗੇ। ਤਾਂ ਫੈਸਲਾ ਲੋਕਾਂ ਦਾ ਹੋਇਆ ਕਰਦਾ, ਜਿੱਥੇ ਵੀ ਲੋਕ ਜਿਹੜੇ ਜਿਹੜੀ ਵੀ ਧਿਰ ਲੋਕਾਂ ਨੂੰ ਚੰਗੀ ਲੱਗਦੀ ਆ, ਲੋਕਾਂ ਨੂੰ ਮੁਬਾਰਕ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸਿਸਨ ਸਾਡਾ ਗੁਰਮੀਤ ਸਿੰਘ ਖੁੱਡੀਆ, ਪੰਜਾਬ ਦੇ ਖੇਤੀਬਾੜੀ ਮੰਤਰੀ ਨੇ, ਔਰ ਲੋਕ ਸਭਾ ਦੇ ਬਠਿੰਡਾ ਤੋਂ ਕਹਿ ਸਕਦੇ ਹਾਂ ਕਿ ਉਮੀਦਵਾਰ ਰਹੇ ਨੇ, ਔਰ ਸਿੱਧੇ ਤੌਰ ਦੇ ਉੱਤੇ ਕਹਿ ਰਹੇ ਨੇ ਕਿ ਲੋਕਾਂ ਦਾ ਫਤਵਾ ਸੀਗਾ, ਇਹ ਲੋਕਾਂ ਦੇ ਉੱਤੇ ਹੁੰਦਾ, ਜਿੱਥੇ ਕਮੀ ਰਹਿ ਗਈ ਉਸ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਝੋਨੇ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਕਿ ਬਿਜਾਈ ਸ਼ੁਰੂ ਕੀਤੀ ਗਈ ਹੈ, ਔਰ ਜਿੱਥੇ ਵੀ ਕਿਸਾਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਉਸ ਦੇ ਲਈ ਸਰਕਾਰ ਵਚਨਬੱਧ ਹੈ। ਕਪਾਹ ਦੀ ਫਸਲ ਨੂੰ ਲੈ ਕੇ ਲਗਾਤਾਰ ਜ਼ਿਕਰ ਕੀਤਾ ਜਾ ਰਿਹਾ, ਕਹਿ ਰਹੇ ਨੇ ਕਿ ਇਸ ਨੂੰ ਲੈ ਕੇ ਖਾਸ ਕਰਕੇ ਹਰ ਇੱਕ MP ਨੂੰ ਜਿਹੜਾ ਹੈ ਆਵਾਜ਼ ਜਿਹੜੀ ਹੈ ਪੰਜਾਬ ਦੀ ਚੱਕਣੀ ਚਾਹੀਦੀ ਹੈ, ਕਿਉਂਕਿ ਆਵਾਜ਼ ਪੰਜਾਬ ਦੀ ਹੈ ਔਰ ਸਾਰਿਆਂ ਨੂੰ ਇੱਕਜੁੱਟ ਹੋ ਕੇ ਚੱਕਣੀ ਚਾਹੀਦੀ ਹੈ। ਕੈਮਰਾ ਪਰਸਨ ਰਵਿੰਦਰ ਦੇ ਨਾਲ ਸਾਜਿੰਦਰ ਉਲਾ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।